गुरु ज्ञान, गुरु ज्ञान दीपक उजियारिया। गुरु ज्ञान, गुरु ज्ञान दीपक उजियारिया। गुरु ज्ञान दीपक उजियारिया, कल कलख कल कलख अंधियारिया। कल कलख अंधियारिया, गुरु ज्ञान दीपक उजियारिया। गुरु ज्ञान दीपक उजियारिया, मन धर तोर बे हर नाम नो, मन धर तोर बे हर नाम नो, सागर संसार संसार संसार, सागर लहर संसार संसार, सागर लहर संसार संसार, गुरु बोहित पार गराम नो, गुरु बोहित पार गराम नो, बोहित पार ग्रामन, गुरु ज्ञान दीपक उजियारिया। गुरु ज्ञान दीपक उजियारिया, कल कल कालिख अंधियारिया। गुरु ज्ञान दीपक उजियारिया, गुरु ज्ञान दीपक उजियारिया।
बिख बिखिया पसरी आत घनी बिख बिखिया पसरी आत घनी जाप जाप हर गुणी उबरे जाप जाप हर गुणी मतुआरो माया सोया मतुआरो भेटत परम भाखोया गुरु भेटत परम कहो नानक एक ध्याया कहो नानक एक ध्याया घट घट नदरी आया घट घट नदरी घट घट नदी गुरु ज्ञान दीपक उजियारिया गुरु ज्ञान दीपक काल काल खे अंधियारिया काल काल खे अंधियारिया गुरु ज्ञान दीपक उजियारिया गुरु ज्ञान दीपक उजिया अंधियारिया काल कालिख अंधियारिया गुरु ज्ञान दीपक उजियारिया
भले गुर ज्ञान भले गुर ज्ञान अंधेरा बिन से भले गुर ज्ञान अंधेरा बिन से हर रत्न पदार्थ लादा बिन शब्द बिन शब्द अंतर अनेरा अंतर अनेरा न वस्त लहे बलिया गुर ज्ञान अंधेरा बिन से आ हर रतन पदार्थ लादा न वस्त लहे न चूके फेरा कर कृपा जो सतगुर मिलिया कर कृपा जो सतगुर मिलिया मन मंदिर में मन मंदिर में दीपक जले मन मंदिर में दीपक जले जीत हार की सुलझी करी गुर के चरण गुर के चरण मन माहे बसाए दुख अनेरा ख्याल करियो अंदर ते बाहर दो हिस्से आपस विच जुड़े हुए ने हर एक चीज दा कोई अंदर है ते कोई बाहर है घर अंदरले हिस्से नू आखदे ने अंदर दे हिस्से तो बाहर निकल जाए दरवाजा लंघ जान तो बाहर उन्नू ए नहीं आखिया जा सकदा वो घर विच है गुरु ने बार बार गल कर दी अंदर दी क्यों कीती है क्योंकि मनुख कोल जिन्ना खजाना है जिन्नी उसकी पहुंच है जिन्नी उसकी वस्तु है जिन्नी उसकी संपदा है वो सारी अंदर है बाहर तो केवल अंदर का प्रतीक है जिवें आप आखिए निशान साहब निशान साहब गुरुद्वारा नहीं निशान साहब कोई गुरु घर नहीं हां निशान साहब सिर्फ इन्ना क दसदा है भी इत्थे गुरुद्वारा है गुरुद्वारे का प्रतीक है पर
ਕਿੱਡੇ ਭੋਲੇ ਨੇ ਉਹ ਲੋਕ ਜਿਹੜੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਤੁਰ ਜਾਂਦੇ ਨੇ। ਮੈਂ ਉਹ ਵੀ ਲੋਕ ਦੇਖਣਾ ਜਿਹੜੇ ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰ ਰਹੇ ਹੁੰਦੇ ਨੇ, ਸਾਡੇ ਵਿੱਚੋਂ ਮੈਂ ਚਾਹੁੰਦਾ ਕੁਝ ਗੱਲਾਂ ਜੀਵਨ ਦੀਆਂ ਜਿਹੜੀਆਂ ਸਾਡੇ ਭਰਮਾਂ ਦੇ ਬੰਧਨ ਬਣਾ ਕੇ ਪੈ ਗਈਆਂ ਨੇ, ਭਲਾ ਉਹ ਨਾਲ ਨਾਲ ਨਿਪਟਦੀਆਂ ਜਾਣ। ਸਾਡੇ ਵਿੱਚੋਂ ਵੀ ਕਈ ਵੀਰ ਬਜ਼ੁਰਗ ਜਾਂ ਕਈ ਐਸੀਆਂ ਭੈਣਾਂ ਬੀਬੀਆਂ ਹੋਣਗੀਆਂ ਜਿਹੜੀਆਂ ਜਦੋਂ ਗੁਰਦੁਆਰੇ ਜਾਂਦੀਆਂ ਨੇ ਨਿਸ਼ਾਨ ਸਾਹਿਬ ਨੂੰ ਪਰਿਕਰਮਾ ਕਰਦੀਆਂ ਨੇ, ਮੱਥਾ ਵੀ ਟੇਕਦੀਆਂ ਨੇ। ਪਰ ਇਹ ਖਿਆਲ ਕਰਿਓ, ਨਿਸ਼ਾਨ ਸਾਹਿਬ ਗੁਰੂ ਦਾ ਘਰ ਨਹੀਂ, ਨਾ ਨਿਸ਼ਾਨ ਸਾਹਿਬ ਗੁਰਦੁਆਰਾ ਹੈ। ਉਹ ਤਾਂ ਕੇਵਲ ਨਿਸ਼ਾਨੀ, ਨਿਸ਼ਾਨ ਲਫ਼ਜ਼ ਵੀ ਨਿਸ਼ਾਨੀ ਤੋਂ ਹੀ ਬਣਿਆ ਹੈ, ਉਹ ਤਾਂ ਕੇਵਲ ਨਿਸ਼ਾਨੀ ਹੈ ਇਸ ਗੱਲ ਦੀ ਕਿ ਇੱਥੇ ਗੁਰਦੁਆਰਾ ਹੈ। ਮੈਂ ਅਕਸਰ ਦੇਖਣਾ ਕਈ ਵਾਰ ਅਜੇ ਗੁਰਦੁਆਰਾ ਨਹੀਂ ਬਣਿਆ ਹੁੰਦਾ, ਕਈਆਂ ਪਲਾਟਾਂ ਵਿੱਚ ਅਜੇ ਗੁਰਦੁਆਰਾ ਨਹੀਂ ਬਣਿਆ ਹੁੰਦਾ, ਇਮਾਰਤ ਨਹੀਂ ਬਣੀ ਹੁੰਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਕੀਤਾ ਹੁੰਦਾ। ਗੁਰਦੁਆਰਾ ਨਹੀਂ ਬਣਿਆ ਤਾਂ ਪ੍ਰਕਾਸ਼ ਕਿੱਥੇ ਹੋਣਾ। ਪਰ ਨਿਸ਼ਾਨ ਸਾਹਿਬ ਪਹਿਲਾਂ ਲਾ ਦਿੱਤਾ ਜਾਂਦਾ ਹੈ। ਅਕਸਰ ਤੁਸੀਂ ਦੇਖੋਗੇ ਅਨੇਕਾਂ ਥਾਵਾਂ 'ਤੇ ਨਿਸ਼ਾਨ ਸਾਹਿਬ ਪਹਿਲਾਂ ਲਗਾ ਦਿੱਤਾ ਜਾਂਦਾ ਹੈ। ਹੁਣ ਕੋਈ ਨਿਸ਼ਾਨ ਸਾਹਿਬ ਲੱਗਣ ਨਾਲ ਗੁਰਦੁਆਰਾ ਥੋੜ੍ਹਾ ਬਣ ਗਿਆ, ਕੇਵਲ ਇੰਨਾ ਦੱਸ ਰਿਹਾ ਹੈ ਵੀ ਇਸ ਥਾਂ 'ਤੇ ਕਦੀ ਗੁਰਦੁਆਰਾ ਬਣਨਾ ਹੈ, ਇਸ ਗੱਲ ਦਾ ਪ੍ਰਤੀਕ ਹੈ। ਨਿਸ਼ਾਨ ਸਾਹਿਬ ਗੁਰਦੁਆਰਾ ਨਹੀਂ, ਬਾਹਰ ਹੈ, ਬਾਹਰ ਹੈ, ਜਿਹੜਾ ਪ੍ਰਤੀਕ ਹੈ ਵੀ ਕੋਈ ਅੰਦਰ ਵੀ ਹੋਣਾ ਹੈ, ਬਣਨਾ ਹੈ। ਬਲਕਿ ਤੁਸੀਂ ਰਾਜਾ ਮਹਾਰਾਜਿਆਂ ਦੇ ਪੁਰਾਤਨ ਸਮੇਂ ਦੇ ਮਹਿਲਾਂ ਜਾਂ ਨਜ਼ਦੀਕ ਜਾ ਕੇ ਦੇਖਿਆ ਹੋਵੇ, ਦਾਸ ਨੇ ਮਹਾਰਾਜਾ ਫਰੀਦਕੋਟ ਦੇ ਕੋਲ ਕੁਛ ਸੰਗਤ ਸਮੇਂ ਸਾਥ ਦਿੱਤਾ, ਦੇਖਿਆ ਜੇ ਰਾਜਾ ਮਹਿਲਾਂ ਵਿੱਚ ਹੋਵੇ ਤਾਂ ਉੱਥੇ ਝੰਡਾ ਚੜ੍ਹਦਾ ਸੀ, ਜੇ ਦਿਨ ਦੇ ਟਾਈਮ 'ਤੇ ਰਾਜਾ ਮਹਿਲਾਂ ਵਿੱਚੋਂ ਚਲਾ ਜਾਏ, ਆਫਿਸ ਵਿੱਚ ਕਿਲ੍ਹੇ ਵਿੱਚ ਹੋਵੇ ਤਾਂ ਉੱਥੇ ਝੰਡਾ ਚੜ੍ਹਦਾ ਸੀ, ਜਿੱਥੇ ਉਸਨੇ ਹੋਣਾ ਹੈ ਝੰਡਾ ਉੱਥੇ ਚੜ੍ਹਨਾ ਹੈ। ਉਹ ਝੰਡਾ ਚੜ੍ਹਨਾ ਜਾਂ ਉਹ ਨਿਸ਼ਾਨ ਤਾਂ ਇਸ ਗੱਲ ਦਾ ਪ੍ਰਤੀਕ ਹੈ ਕਿ ਇੱਥੇ ਮਾਲਕ ਬੈਠਾ ਹੈ, ਪਰ ਅਸੀਂ ਜੇ ਨਿਸ਼ਾਨ ਸਾਹਿਬ ਨੂੰ ਹੀ ਮਾਲਕ ਸਮਝ ਲਈਏ ਤਾਂ ਬਾਹਰ ਹੈ, ਬਾਹਰ ਹੈ, ਅੰਦਰ ਨਹੀਂ। ਹੁਣ ਇਹੋ ਕਾਰਨ ਹੈ ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅੰਦਰ ਅਤੇ ਬਾਹਰ ਦੋਵਾਂ ਦਾ ਬੜਾ ਵਾਰ ਵਾਰ ਜ਼ਿਕਰ ਕੀਤਾ, ਵਾਰ ਵਾਰ ਜ਼ਿਕਰ ਕੀਤਾ, ਕਿਉਂਕਿ ਜਿੰਨੀ ਸੰਪਦਾ ਹੈ, ਜਿੰਨੀ ਸ਼ਕਤੀ ਹੈ, ਜਿਵੇਂ ਮੈਂ ਅਰਜ਼ ਕੀਤੀ ਰਾਜਾ ਹੈ, ਮਹਾਰਾਜਾ ਇੱਕ ਸ਼ਕਤੀ ਹੈ, ਉਹ ਮਹਿਲ ਦੇ ਅੰਦਰ ਬੈਠਾ ਹੈ ਤਾਂ ਕਿਉਂਕਿ ਨਿਸ਼ਾਨ ਸਾਹਿਬ 'ਤੇ ਬੈਠਾ ਹੈ। ਮੈਨੂੰ ਕਈ ਗੱਲਾਂ ਨਾਲ ਨਾਲ ਸੰਬੰਧਿਤ ਹੋ ਜਾਂਦੀ। ਇੱਥੇ ਟੋਰਾਂਟੋ ਵਿੱਚ ਹੀ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਬਾਬਾ ਰਾਮਦਾਸ ਜੀ ਦੇ ਸ਼ਰਧਾਲੂਆਂ ਦਾ ਅਸਥਾਨ ਬਣਿਆ, ਮੈਂ ਵੀ ਉੱਥੇ ਹਾਜ਼ਰੀ ਭਰਨ ਜਾਣਾ ਸੀ। ਉਹਨਾਂ ਨੇ ਪਹਿਲੀ ਵਾਰ ਸਭ ਤੋਂ ਆਪਣੇ ਆਪ ਨੂੰ ਵੱਖਰਾ ਸਾਬਤ ਕਰਨ ਲਈ ਨਿਸ਼ਾਨ ਸਾਹਿਬ ਤੋਂ ਖੰਡਾ ਹਟਾ ਦਿੱਤਾ, ਟੋਰਾਂਟੋ ਦੇ ਨਜ਼ਦੀਕ ਕਿਸੇ ਸ਼ਹਿਰ ਦਾ ਜ਼ਿਕਰ ਹੈ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਹਟਾ ਦਿੱਤਾ, ਅਤੇ ਉਹਦੀ ਥਾਂ 'ਤੇ ਉੱਤੇ ਇੱਕ ਓਂਕਾਰ ਲਾ ਦਿੱਤਾ।
एक ओंकार ला देता, हर हर ला देता, हर लफज लिख के ला देता। दास ने उत्थे कीर्तन करना से, मैं आखे पढ़े हो एक गल समझियो, हर एक चीज दी अपनी कीमत है, वैल्यू है। गुरु ने बार बार आख्या हरी मेरी पूजा है, हरी मेरा तन है, हरी मेरी पूंजी है, हरी मेरी दौलत है। दौलत नूं कदी कोई निशाना समां ते सबत टंगदा है? असी तां हथियार रखिया सी ना, उपर शस्त्र है, शस्त्र तुसीं उहदी थां ते ला के उत्थे हरी नूं टंगता। तो मेरे कहने का मतलब एक ख्याल करे हो, कुछ गल्लां असी अनगहली विच कर रहे हैं। गुरु ने बार बार अनगहली नूं खत्म किया ते ए गल समझ आई है भलिया, अंदर जेड़ा है सारी कीमती चीज अंदर है, बाहर नहीं। इसलिए बार बार एक गल दोहरा भी दित्ती, सब किछ घर में, सब किछ घर में, बाहर नहीं, बाहर नहीं, सब किछ घर में, बाहर नहीं, बाहर टोले, बाहर टोले सो परम फुलाई, सब किछ घर में, बाहर ढूंढन ते छूट परी, बाहर ढूंढन ते छूट परी, गुर घर ही माहे दिखाया था, कत जाई है रे, कत जाई है रे, कर लागो रंग, सारा कुछ तो घर दे अंदर, सारा कुछ घर दे अंदर है। ते घर दे अंदर नूं गुरु ने रब दा घर आख्या। एक वर्ष कीती सी ते बाणी दा लफ्ज है मन कर मक्का, मन नूं रब दा घर बना, मन कर मक्का, किबला कर दे ही गुरबाणी दे लफ्ज़ ने, मन नूं रब दा घर बना। ते जदों रब दा घर अंदर है, रब अंदर है, ते केड़ी अजीब गल है, तू अंदर तां रोशनी कर नहीं रहा, बाहर कर रहे, बाहर भी नहीं बनेरियां ते कर रहे हैं। बिन शब्द अंतर अंधेरा, केड़ी अजीब गल है, अंदर तो अंधेरा है, बाहर रोशनी कर रहे हैं, वो भी बनेरियां ते। बनेरियां दी रोशनी केवल दिखाण वास्ते है कि आज दिवाली है। गुरु बार बार एक गल आख रहे हैं के जीवन का दुख सुख जिन्ना है सारा अंदर नाल संबंध रखता है। दुख भी आ हुणे तो आई सी, गुर के चरण मन माए वसाए, दुख अंधेरा अंदरों जाए, क्योंकि दुख अंधेरा अंदर अपने आप अंधेरा भी एक दुख है। बल्कि मैं गल कीती सी जिन्ना अंधेरा है ना दुख दी निशानी है,
ਐਗਜ਼ਾਮਪਲ ਵਜੋਂ ਅਰਜ਼ ਕੀਤੀ, ਕਿਸੇ ਦੇ ਘਰ ਅੰਦਰ ਕੋਈ ਮਾਤਮ ਹੋ ਜਾਏ, ਕੋਈ ਹੋਰ ਵੱਡਾ ਨੁਕਸਾਨ ਹੋ ਜਾਏ, ਕਦੀ ਉਹਨੂੰ ਵੇਖਿਆ ਜੇ ਬਨੇਰਿਆਂ 'ਤੇ ਲਾਈਟਾਂ ਜਗਾਉਂਦੇ? ਕਦੇ ਨਹੀਂ। ਤਾਂ ਮੈਂ ਅੱਜ ਹੀ ਸੁਭਾਵਿਕ ਗੱਲ ਭਾਵੇਂ ਚੱਲੀ ਵੀ ਆਪਣੇ ਦੀਵਾਲੀ ਦੁਨੀਆ ਦੀ ਦੀਵਾਲੀ ਵਾਂਗੂ ਕਿਵੇਂ ਨਹੀਂ, ਕਿਉਂ ਨਹੀਂ ਮਨਾਈ ਜਾ ਰਹੀ? ਅਤੇ ਕਹਿਣ ਲੱਗੇ ਅੱਜ ਆਪਾਂ ਦਿਖਾਵਾ ਨਹੀਂ ਕਰਨਾ। ਗੱਲ ਬੜੀ ਸੋਹਣੀ ਸੀ, ਕਿਉਂਕਿ ਦੋ ਸੱਜਣ ਉਹਨਾਂ ਦੀ ਮੌਤ ਹੋ ਗਈ ਅੱਜ, ਇੱਕ ਮੋਂਟਰੀਅਲ 'ਚ ਮਾਰਿਆ ਗਿਆ, ਇੱਕ ਔਰ ਪੌਦ 'ਚ ਮਾਰਿਆ ਗਿਆ। ਅਤੇ ਇਹਨਾਂ ਹਾਲਾਤਾਂ ਵਿੱਚ ਜੇ ਕੋਈ ਦੀਵਾਲੀ ਦੀਪਾਲਾ ਜਾਂ ਆਤਿਸ਼ਬਾਜ਼ੀ ਕਰੇਗਾ ਚੰਗਾ ਨਹੀਂ ਲੱਗਦਾ। ਉਹ ਭਲੇ ਗੁਰੂ ਕਹਿਣ ਲੱਗੇ, ਉਹ ਭਲਿਆ ਜੀਵਨ ਹੀ ਇੱਕ ਆਤਿਸ਼ਬਾਜ਼ੀ ਬਣ ਗਿਆ। ਆਤਿਸ਼ਬਾਜ਼ੀ ਦਾ ਅੱਖਰੀ ਅਰਥ ਕੀ ਹੈ? ਬਾਜ਼ੀ ਕਹਿੰਦੇ ਨੇ ਖੇਡ ਨੂੰ, ਬਾਜ਼ੀ ਦਾ ਅਰਥ ਹੈ ਖੇਡ, ਅਤੇ ਆਤਿਸ਼ ਦਾ ਅਰਥ ਹੈ ਅੱਗ। ਜੀਵਨ ਅੱਗ ਦੀ ਖੇਡ ਨਹੀਂ ਬਣ ਗਏ, ਜੀਵਨ ਤਾਂ ਅੱਗ ਦੀ ਖੇਡ ਬਣ। ਅਸੀਂ ਤਾਂ ਆਪਣੇ ਆਪ ਵਿੱਚ ਆਤਿਸ਼ਬਾਜ਼ੀ ਬਣ ਚੁੱਕੇ ਹਾਂ। ਜਿੰਨੀ ਸਾਡੀ ਜੀਵਨ ਦੀ ਖੇਡ ਹੈ ਉਹ ਅੱਗ ਦੀ ਖੇਡ ਬਣ ਚੁੱਕੀ ਹੈ। ਜਿਹੜੇ ਪਾਸੇ ਦੇਖੋ ਅੱਗ ਦੀ ਖੇਡ ਖੇਡੀ ਜਾ ਰਹੀ ਹੈ, ਅਤੇ ਤੂੰ ਅਜੇ ਇਸ ਤੋਂ ਵੱਖਰੀ ਕੋਈ ਆਤਿਸ਼ਬਾਜ਼ੀ ਚਾਹੁੰਦਾ? ਗੁਰੂ ਕਹਿੰਦੇ ਨਹੀਂ, ਤੂੰ ਆਪਣੇ ਅੰਦਰ ਝਾਤ ਮਾਰ, ਅੰਦਰ ਹੀ ਦੁੱਖ ਹੈ, ਅੰਦਰ ਹੀ ਹਨੇਰਾ ਹੈ। ਅਤੇ ਉਹ ਅੰਦਰਲਾ ਅਤੇ ਦੁੱਖ ਹਨੇਰਾ ਜਿਹੜਾ ਹੈ ਉਹ ਬਾਹਰਲੇ ਦੀਵਿਆਂ ਨਾਲ ਤਾਂ ਜਾਣਾ ਨਹੀਂ, ਉਹ ਬਨੇਰਿਆਂ ਦੇ ਦੀਵਿਆਂ ਨਾਲ ਨਹੀਂ ਜਾਣਾ। ਗੁਰੂ ਨੇ ਇਸੇ ਲਈ ਬਾਣੀ ਅੰਦਰ ਬਾਰ ਬਾਰ ਇੱਕ ਗੱਲ ਸਮਝਾ ਦਿੱਤੀ ਅਤੇ ਕਹਿਣ ਲੱਗੇ, ਕਰ ਕਿਰਪਾ ਜੋ ਸਤਿਗੁਰ ਮਿਲਿਆ। ਗੁਰੂ ਜਦੋਂ ਆਉਂਦਾ ਉਹਦੀ ਨਿਸ਼ਾਨੀ ਕੀ ਹੈ? ਪਰ ਸਾਡਾ ਦੁੱਖਾਂ 'ਤੇ ਅਸੀਂ ਸਭ ਕੁਛ ਹੀ ਸਥੂਲ ਬਣਾ ਦਿੱਤਾ, ਕਹਾਣੀਆਂ ਜੋੜ ਲਈਆਂ, ਇਤਿਹਾਸ ਸੁਣੇ ਸੁਣਾਏ ਜੋੜ ਲਏ। ਉਹਨਾਂ ਇਤਿਹਾਸਾਂ ਨੇ ਇੰਨਾ ਸਾਡੇ 'ਤੇ ਪ੍ਰਭਾਵ ਪਾਇਆ ਕਿ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨੂੰ ਛੁਡਾ ਕੇ ਅੰਮ੍ਰਿਤਸਰ ਆਏ, ਅੰਮ੍ਰਿਤਸਰ ਵਾਲਿਆਂ ਨੇ ਦੀਵਾਲੀ ਮਨਾਈ। ਹੁਣ ਮਨਾਉਣੀ ਸੀ ਦੀਵਾਲੀ, ਕਿ ਜਿਹਨਾਂ ਦੇ ਨਾਲ ਰਹਿੰਦੇ ਸਾਂ ਉਹਨਾਂ ਦੀਵਾਲੀ ਮਨਾਉਣੀ ਸੀ। ਹਾਲਾਂਕਿ ਉਹਨਾਂ ਨੇ ਦੀਵਾਲੀ ਉਸ ਤਰ੍ਹਾਂ ਨਹੀਂ ਮਨਾਈ ਜੋ ਉਹਨਾਂ ਦਾ ਇਤਿਹਾਸ ਕਹਿੰਦਾ ਸੀ। ਮੈਂ ਇੱਕ ਵਾਰ ਕੀਤੀ ਸੀ, ਕਿੰਨੀ ਅਜੀਬ ਗੱਲ ਹੈ, ਉਹਨਾਂ ਦਾ ਇਤਿਹਾਸ ਤਾਂ ਇਹ ਕਹਿੰਦਾ ਨਾ ਕਿ ਰਾਮ ਜਦੋਂ ਬਨਵਾਸ ਤੋਂ ਬਾਅਦ ਵਾਪਸ ਅਯੁੱਧਿਆ ਆਏ ਤਾਂ ਉਸ ਖੁਸ਼ੀ ਵਿੱਚ ਉਹਨਾਂ ਦੀਵਾਲੀ ਮਨਾਈ। ਕਿੰਨੀ ਅਜੀਬ ਗੱਲ ਹੈ, ਉਹ ਦੀਵਾਲੀ 'ਤੇ ਰਾਮ ਦੀ ਗੱਲ ਨਹੀਂ ਕਰਦੇ, ਉਹਨਾਂ ਦਾ ਇਤਿਹਾਸ ਇਹ ਕਹਿ ਰਹੇ ਕਿ ਜਦੋਂ ਰਾਮ ਅਯੁੱਧਿਆ ਵਾਪਸ ਆਏ ਬਨਵਾਸ ਤੋਂ ਤਾਂ ਖੁਸ਼ੀ ਨਾਲ ਦੀਵਾਲੀ ਮਨਾਈ ਗਈ। ਪਰ ਮੈਂ ਵੀ ਇੱਕ ਵਾਰ ਕੀਤੀ ਸੀ, ਕਿੱਡੀ ਅਜੀਬ ਗੱਲ ਹੈ, ਉਹ ਦੀਵਾਲੀ 'ਤੇ ਰਾਮ ਦੀ ਗੱਲ ਨਹੀਂ ਕਰਦੇ, ਉਹ ਪਹਿਲਾਂ ਦੁਸਹਿਰੇ ਵੇਲੇ ਕਰ ਲੈਂਦੇ ਨੇ ਦੀਵਾਲੀ ਨਾਲ ਸੰਬੰਧ। ਦੀਵਾਲੀ 'ਤੇ ਪੂਜਾ ਕਿੰਦੀ ਕਰਦੇ ਨੇ? ਰਾਮ ਦੀ ਨਹੀਂ, ਲਕਸ਼ਮੀ ਦੀ। ਇਹਦਾ ਮਤਲਬ ਦੀਵਾਲੀ ਲਕਸ਼ਮੀ ਦੀ ਹੋਈ ਜਾਂ ਰਾਮ ਦੀ ਹੋਈ, ਮੈਨੂੰ ਇਹ ਫੈਸਲਾ ਕਰਨਾ ਪਏਗਾ। ਦੀਵਾ ਜਗਾਉਂਦੇ ਨੇ ਦਰਵਾਜ਼ੇ ਅੱਗੇ, ਅਤੇ ਕਹਿੰਦੇ ਨੇ ਰਾਤ ਨੂੰ ਕਿਤੇ ਦੀਵਾ ਬੁੱਝ ਨਾ ਜਾਏ, ਦਰਵਾਜ਼ਾ ਵੀ ਖੁੱਲ੍ਹਾ ਰੱਖਿਓ, ਕਿਤੇ ਆਈ ਹੋਈ ਲਕਸ਼ਮੀ ਵਾਪਸ ਨਾ ਚਲੀ ਜਾਏ। ਰਾਤ ਨੂੰ ਲਕਸ਼ਮੀ ਨੇ ਆਉਣਾ ਹੈ। ਇਤਿਹਾਸ ਰਾਮ ਦਾ, ਪੂਜਾ ਲਕਸ਼ਮੀ ਦੀ। ਪਰ ਗੁਰੂ ਕਿੱਡਾ ਸਪਸ਼ਟ ਹੈ, ਅਸੀਂ ਮਨਾਉਣੀ ਸੀ ਦੀਵਾਲੀ, ਪਰ ਗੁਆਂਢੀਆਂ ਨਾਲ ਪੜੋਸੀਆਂ ਨਾਲ ਸ਼ਾਮਿਲ ਹੋਣ ਲਈ ਸਾਨੂੰ ਦੀਵਾਲੀ ਮਨਾਉਣੀ ਔਖੀ ਹੋ ਗਈ। ਅਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਨਾਲ ਜੋੜ ਲਿਆ, ਚਲੋ ਦੀਵਾਲੀ ਤਾਂ ਮਨਾ ਲਵਾਂਗੇ ਨਾ, ਅਤੇ ਨਾ ਰੱਖ ਲਿਆ ਦੀਵਾਲੀ ਦਾ ਬੰਦੀ ਛੋੜ ਦਿਵਸ। ਅੱਜ ਮੈਂ ਦੇਖ ਰਿਹਾ ਸਿੱਖ ਕਨਫਿਊਜ਼ ਹੈ,
ਫੋਨ ਆਉਂਦੇ ਨੇ, ਵਧਾਈ ਦੇ ਮੁਬਾਰਕ ਦੇ ਫੋਨ ਆਉਂਦੇ, ਅਤੇ ਜਿਹਦਾ ਵੀ ਫੋਨ ਆਪਣੇ ਬੱਚਿਆਂ ਦਾ ਵੀ ਫੋਨ ਆਇਆ ਨਾ ਬੜੇ ਕਨਫਿਊਜ਼ਨ ਵਿੱਚ, ਪਾਪਾ ਦੀਵਾਲੀ ਹੈਪੀ ਦੀਵਾਲੀ ਆਖੀਏ ਜਾਂ ਬੰਦੀ ਛੋੜ ਦਿਵਸ ਆਖੀਏ, ਹੈ ਉਹ ਤਾਂ ਕਨਫਿਊਜ਼ ਹੋਏ ਸਨ ਰਾਮ ਦੀ ਦੀਵਾਲੀ ਹੈ ਕਿ ਲਕਸ਼ਮੀ ਦੀ ਦੀਵਾਲੀ ਦੇ, ਅਸੀਂ ਵੀ ਕਨਫਿਊਜ਼ ਹੋ ਗਏ, ਉਹ ਤਾਂ ਕਨਫਿਊਜ਼ ਹੋ ਗਏ, ਉਹਨਾਂ ਇਹ ਫੈਸਲਾ ਨਾ ਕਰ ਸਕੇ ਕਿ ਦੀਵਾਲੀ ਰਾਮ ਦੀ ਹੈ ਕਿ ਦੀਵਾਲੀ ਲਕਸ਼ਮੀ ਦੀ ਹੈ। ਪਰ ਇੱਕ ਬਦਕਿਸਮਤੀ ਇਹ ਫੈਸਲਾ ਅਸੀਂ ਵੀ ਨਹੀਂ ਕਰ ਸਕੇ, ਕਿਉਂ? ਕਿਉਂਕਿ ਅਸੀਂ ਸਭ ਕੁਝ ਬਾਹਰ ਨਾਲ ਦੇਖ ਲਿਆ, ਬੰਦੀ ਛੋੜ ਰਾਜਿਆਂ ਦੀ ਕਹਾਣੀ ਬਣਾਈ ਹੈ। ਕਿਉਂਕਿ ਛੋਟੀ ਛੋਟੀ ਗੱਲ ਦੀ ਵਿਚਾਰ ਦਾ ਮੈਨੂੰ ਸੁਭਾਅ ਹੈ ਉਹਦੇ ਨਾਲ ਇਤਿਹਾਸ, ਕਿਉਂਕਿ ਅਸੀਂ ਲਿਖਣੇ ਹੈ, ਇਤਿਹਾਸ ਮਨੁੱਖ ਲਿਖਦਾ, ਕੇਵਲ ਅਤੇ ਕੇਵਲ ਗੁਰਬਾਣੀ ਹੈ ਜਿਹੜੀ ਅਲਾਈ ਸ਼ਕਤੀ ਹੈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੀ ਅਗਵਾਈ ਕਰਦੀ ਹੈ। ਇਤਿਹਾਸ ਹਿਸਟਰੀ ਜਿੰਨੀ ਹੈ ਉਹ ਅਸੀਂ ਆਪ ਜਾਂ ਸਾਡੇ ਲਿਖਾਰੀਆਂ ਨੇ ਜਾਂ ਅਸੀਂ ਆਪ ਲਿਖਾਰੀਆਂ ਕੋਲੋਂ ਲਿਖਵਾਈ ਹੈ, ਜਿਹੜੀ ਲੌਜਿਕਤਾ ਦੀ ਕਸੌਟੀ 'ਤੇ ਵੀ ਪੂਰੀ ਨਹੀਂ ਉਤਰਦੀ। ਕਹਿ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲ੍ਹੇ ਵਿੱਚੋਂ ਆਜ਼ਾਦ ਕਰਦੇ ਹਾਂ, ਅਸੀਂ ਇਤਿਹਾਸ ਸਾਖੀ ਵਿੱਚ ਕੀ ਪਾਇਆ, 52 ਰਾਜੇ ਜਿਹੜੇ ਅੰਦਰ ਸਨ ਉਹਨਾਂ ਆਖਿਆ ਜੀ ਤੁਹਾਡੇ ਕੋਲ ਹੁੰਦਿਆਂ ਸਾਡੇ ਕੋਲ ਰੌਣਕਾਂ ਸਨ, ਖੁਸ਼ੀ ਨਾਲ ਸਮਾਂ ਬੀਤ ਰਿਹਾ ਸੀ, ਤੁਸੀਂ ਚਲੇ ਜਾਓਗੇ ਸਾਡਾ ਕਿਵੇਂ ਸਮਾਂ ਗੁਜ਼ਰੇਗਾ। ਗੁਰੂ ਸਾਹਿਬ ਉੱਥੇ ਰੁਕ ਗਏ ਅਤੇ ਕਹਿਣ ਲੱਗੇ ਤਾਂ ਜਾਵਾਂਗੇ ਜੇ ਇਹਨਾਂ ਨੂੰ ਵੀ ਰਿਹਾ ਕਰੋ, ਇਹਨਾਂ ਨੂੰ ਵੀ ਰਿਹਾ ਕਰੋ। ਅਤੇ ਫਿਰ ਹੁਕਮ ਹੋਇਆ ਜਿੰਨੇ ਕੁ ਤੁਹਾਡਾ ਪੱਲਾ ਫੜ ਕੇ ਬਾਹਰ ਨਿਕਲ ਆਉਣ, ਜਿੰਨੇ ਕੁ ਤੁਹਾਡਾ ਪੱਲਾ ਫੜ ਕੇ ਬਾਹਰ ਨਿਕਲ ਆਉਣ ਉਹਨਾਂ ਨੂੰ ਰਿਹਾ ਕੀਤਾ। ਇਹਦਾ ਮਤਲਬ ਰਿਹਾ ਤਾਂ ਕੀਤਾ ਬਾਦਸ਼ਾਹ ਨੇ, ਸ਼ਰਤ ਉਹਦੀ ਪੂਰੀ ਹੋਈ, ਗੁਰੂ ਹਰਗੋਬਿੰਦ ਸਾਹਿਬ ਤਾਂ ਉਹਦੀ ਸ਼ਰਤ ਮੰਨ ਰਹੇ ਨੇ, ਚਲੋ ਮੰਨ ਲਓ ਜੇ ਭਾਰਾ 52 ਕਲੀਆਂ ਵਾਲਾ ਜਾਮਾ ਭੈਣ ਆਇਆ ਵੀ ਲਿਆ, ਇਹਦਾ ਮਤਲਬ ਗੱਲ ਉਹਦੀ ਪੂਰੀ ਹੋ ਰਹੀ ਹੈ, ਸ਼ਰਤ ਉਹਦੀ ਗੁਰੂ ਹਰਗੋਬਿੰਦ ਸਾਹਿਬ ਵੀ ਮੰਨ ਰਹੇ ਨੇ, ਰਿਹਾਈ ਉਹਦੇ ਹੁਕਮ ਨਾਲ ਹੋ ਰਹੀ ਹੈ। ਇੱਕ ਚੀਜ਼ ਦੂਜਾ ਪੱਖ ਜ਼ਰਾ ਸੋਚਣ ਵਾਲਾ ਇਹ ਹੈ ਕਿ ਉਸ ਸਮੇਂ ਅੰਦਰ ਹੋਣ ਵਾਲੇ ਹਾਲਾਤ ਨਹੀਂ ਸਨ, ਦਰਜ਼ੀ ਨਹੀਂ ਸਨ, ਸਿਲਾਈ ਮਸ਼ੀਨਾਂ ਨਹੀਂ ਸਨ, ਭਲਾ 52 ਕਲੀਆਂ ਵਾਲਾ ਇੰਨਾ ਵੱਡਾ ਜਾਮਾ ਕਿਵੇਂ ਸੀਪ ਗਿਆ। ਤਾਰੀਖਾਂ ਮੁਤਾਬਕ ਉਸੇ ਦਿਨ ਸਾਬਤ ਹੁੰਦਾ। ਤਾਂ ਮੇਰਾ ਮਤਲਬ ਕ੍ਰਿਟੀਸਾਈਜ਼ ਕਰਨਾ ਨਹੀਂ, ਮੈਂ ਕਹਿੰਦਾ ਵੀ ਅਸੀਂ ਕਿਉਂ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਉਸ ਗੱਲ ਨੂੰ ਮੰਨੀਏ ਕਿ ਗੁਰੂ ਇਹ ਗੱਲ ਆਖ ਰਿਹਾ ਹੈ ਕਿ ਬੰਦੀ ਛੋੜ ਹੈ। ਸਤਿਗੁਰੂ ਨੇ ਬਾਣੀ ਅੰਦਰ ਇੱਕ ਲਫ਼ਜ਼ ਕਹਿਣਾ, ਗਈ ਬਹੋੜ ਗਈ ਬਹੋੜ ਬੰਦੀ ਛੋੜ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਫੂਟੋ ਆਂਡਾ ਪਰਮ ਕਾ ਮਨੇ ਭਇਆ ਪਰਗਾਸ ਕਾਟੀ ਬੇੜੀ ਪਗੋਂ ਤੇ ਕਾਟੀ ਬੇੜੀ ਪਗੋਂ ਤੇ ਗੁਰ ਕੀਨੀ ਬੰਦ ਖਲਾਸ ਬੰਦੀ ਛੋੜ। ਸੋਚਣਾ ਗੁਰੂ ਬੰਦੀ ਛੋੜ ਹੈ, ਮਨ ਰਾਜਾ ਹੈ, ਸਾਰੀ ਗੱਲ ਬਾਣੀ ਵਿੱਚੋਂ ਮਿਲਦੀ ਹੈ। ਸਤਿਗੁਰੂ ਕਹਿੰਦੇ ਮਨ ਰਾਜਾ, ਮਨ ਮਨ ਤੇ ਮਾਨਿਆ, ਮਨ ਸਭ ਮਨੇ ਸਮਾਈ,
ਬਾਬਾ ਕਬੀਰ ਜੀ ਦਾ ਵੀ ਸ਼ਬਦ ਹੈ, ਉਹਦੇ ਵਿੱਚ ਵੀ ਲਫ਼ਜ਼ ਨੇ। ਕਹਿਣ ਲੱਗੇ, ਕ੍ਰੋਧ ਪ੍ਰਧਾਨ ਮਹਾਂ ਬੱਡ ਦੁੰਦਰ ਤੈਂ ਮਨ ਮਵਾਸੀ ਰਾਜਾ। ਮਨ ਰਾਜਾ ਤੇ ਮਾਇਆ ਦੇ ਬੰਧਨਾਂ ਵਿੱਚ ਬੰਨਿਆ ਹੋਇਆ, ਵਿਕਾਰਾਂ ਦੇ ਬੰਧਨਾਂ ਵਿੱਚ ਬੰਨਿਆ ਹੋਇਆ। ਤੇ ਗੁਰੂ ਅੱਗੇ ਅਰਜ਼ ਕਰਦਾ, ਹੈ ਸਤਿਗੁਰੂ ਤੂੰ ਕਿਰਪਾ ਕਰ, ਮੈਂ ਇਸ ਮਾਇਆ ਦੇ ਵਿਕਾਰਾਂ ਦੇ ਬੰਧਨਾਂ ਵਿੱਚੋਂ ਨਿਕਲ ਜਾਵਾਂ। ਗੁਰੂ ਨੇ ਬਾਣੀ ਵਿੱਚ ਵੀ ਬਾਰ ਬਾਰ ਇੱਕ ਗੱਲ ਆਖੀ, ਬੰਧਨ ਮਾਤਾ ਪਿਤਾ ਵੀ ਬੰਧਨ ਹੈ, ਬੰਧਨ ਸੁੱਤ ਕੰਨਿਆ ਅਰਨਾਰ, ਬੰਧਨ ਕਿਰਖੀ ਕਰੇ ਜਿੰਨੇ ਕਿਸਾਨ ਹੈ, ਜਿੰਨਾ ਵੀ ਮਨੁੱਖ ਦਾ ਕਰਮ ਧਰਮ ਹੈ ਸਾਰਾ ਬੰਧਨ ਵਿੱਚ ਹੈ, ਈਵਨ ਧਰਮ ਵੀ ਬੰਧਨ ਵਿੱਚ ਹੈ। ਮਨੁੱਖ ਨੇ ਜੀਵਨ ਦਾ ਧਰਮ ਵੀ ਬੰਧਨ ਬਣਾ ਲਿਆ, ਬੰਧਨ ਨਹੀਂ ਤੇ ਹੋਰ ਕੀ। ਜੇ ਜੋਤ ਨਾ ਜਗੀ ਤਾਂ ਅਖੰਡ ਪਾਠ ਨਹੀਂ ਹੋਣਾ, ਵਿਘਨ ਪੈ ਜਾਏਗਾ, ਬੰਧਨ ਹੈ। ਜੇ ਨਾਰੀਅਲ ਨਾ ਰੱਖਿਆ ਤਾਂ ਅਖੰਡ ਪਾਠ ਨਹੀਂ ਪੂਰਾ ਹੋ ਸਕਦਾ, ਬੰਧਨ ਹੈ। ਮਨੁੱਖ ਨੇ ਜੀਵਨ ਅੰਦਰ ਕਰਮ ਧਰਮ ਨੂੰ ਵੀ ਬੰਧਨ ਬਣਾ ਲਿਆ, ਤੇ ਸਤਿਗੁਰੂ ਕਹਿੰਦੇ ਨੇ ਨਿਰੇ ਬਾਹਰਲੇ ਬੰਧਨ ਨਹੀਂ, ਜੀਵਨ ਦੇ ਅੰਦਰ ਵੀ ਵਿਕਾਰਾਂ ਦੇ ਬੰਧਨ ਨੇ, ਜਿਹੜਾ ਮਨ ਬੱਜ ਚੁੱਕਾ ਹੈ, ਮਨ ਕੈਦੀ ਹੋ ਚੁੱਕਾ ਹੈ। ਉਹ ਮਨ ਕੈਦੀ ਗੁਰੂ ਅੱਗੇ ਅਰਦਾਸ ਕਰਦਾ ਹੈ, ਜੀ ਮੈਨੂੰ ਇਸ ਕੈਦ ਤੋਂ ਛੁਡਾਓ। ਤੇ ਗੁਰੂ ਕਹਿੰਦਾ ਹੈ, ਜਿੰਨੇ ਆਪਾਂ ਰੋਜ਼ ਬਾਣੀ 'ਚ ਪੜ੍ਹਨੇ, ਮਨ ਰਾਜਾ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤੈ ਮਨ ਮਾਵਾਸੀ ਰਾਜਾ। ਤੇ ਜਵਾਬ ਕੀ ਹੈ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਜੇ ਪਰ ਜਾਲੀ ਏਕੇ ਚੋਟ ਸਿਜਾਇਆ, ਸਤ ਸੰਤੋਖ ਲਲਰਨੇ ਲਾਗਾ ਤੋਰੇ ਦੋਏ ਦਰਵਾਜਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਰਾਜਾ ਤਾਂ ਮਨ ਹੈ, ਜਦੋਂ ਗੁਰੂ ਦਾ ਪੱਲਾ ਫੜਦਾ ਹੈ ਤਾਂ ਅੰਦਰ ਇੱਕ ਰੋਸ਼ਨੀ ਹੁੰਦੀ ਹੈ, ਉਹਨੂੰ ਕਹਿੰਦੇ ਨੇ ਗਿਆਨ। ਗੁਰੂ ਬਾਰ ਬਾਰ ਕਹਿ ਰਿਹਾ, ਕਰ ਕਿਰਪਾ ਜੋ ਸਤਿਗੁਰ ਮਿਲੇ ਹੋ, ਮਨ ਮੰਦਰ ਮੈਂ ਦੀਪਕ ਜਲੇ ਹੋ। ਜਦੋਂ ਮਨ ਦੇ ਅੰਦਰ ਦੀਪਕ ਜਲੇਗਾ, ਬਨੇਰਿਆਂ ਤੇ ਨਹੀਂ, ਦੀਵਾਲੀ ਉਸ ਦਿਨ ਬਣੇਗੀ ਸਿੱਖ ਦੀ। ਅਜੇ ਤੱਕ ਅਸੀਂ ਬਨੇਰਿਆਂ ਤੇ ਦੀਪਕ ਬਾਲ ਰਹੇ ਹਾਂ, ਉਸੇ ਨੂੰ ਦੀਵਾਲੀ ਆਖ ਰਹੇ ਹਾਂ। ਬਾਹਰ ਰੋਸ਼ਨੀ ਹੈ, ਅੰਦਰ ਹਨੇਰਾ ਹੈ। ਤੇ ਗੁਰੂ ਬਾਰ ਬਾਰ ਇੱਕ ਗੱਲ ਸਮਝਾ ਰਹੇ ਨੇ ਤੇ ਕਹਿੰਦੇ ਨੇ, ਭਲਿਆ ਕਲ ਕਾਲਿਖ ਅੰਧਿਆਰੀਆ, ਬਾਹਰ ਦੇ ਭੁਲੇਖੇ ਵਿੱਚ, ਸਥੂਲਤਾ ਦੇ ਭੁਲੇਖੇ ਵਿੱਚ ਅਸੀਂ ਕਿੱਥੋਂ ਤੱਕ ਚਲੇ ਗਏ ਹਾਂ, ਇਸ ਨੂੰ ਜ਼ਰਾ ਚੰਗੀ ਤਰ੍ਹਾਂ ਵਿਚਾਰ ਲਈਏ। ਕੱਲ੍ਹ ਤਾਂ ਬਾਬਾ ਕਬੀਰ ਜੀ ਦੀ ਬਾਣੀ ਦਾ ਸ਼ਬਦ, ਪਰਸੋਂ ਸਵੇਰ ਦੇ ਸਮਾਗਮ ਵਿੱਚ ਆਪਾਂ ਇਸ ਲੜੀ ਨੂੰ, ਇਹਦਾ ਅਗਲਾ ਹਿੱਸਾ ਸਾਂਝਾ ਕਰਨਾ ਚਾਹੁੰਦਾ ਕਿ ਮਨੁੱਖ ਅੰਦਰ ਜਿਹੜਾ ਸੂਖਸ਼ਮ ਹੈ, ਮਨ ਸੂਖਸ਼ਮ ਹੈ, ਤਨ ਸੂਖਸ਼ਮ ਨਹੀਂ, ਤਨ ਬਾਹਰ ਹੈ, ਤਨ ਸਥੂਲ ਹੈ, ਤਨ ਮੈਂ
मनुआ मन में साचा सूक्ष्म वल तुरिया जाना है, सूक्ष्म तो विछड़े हाँ, जोत विचों विछड़ के असी दूर होए हाँ, ते मुड़ के सूक्ष्म वल वधना है, ते अपेदता सूक्ष्म विच जाके होनी है, तन विच माना है, मन दे विच साचा है, ते हुण तन तो अगे लंघांगे मन विच पहुंचांगे, मन तो अगे लंघांगे तां साचे तक पहुंचांगे, असी ते तन ते खलोते हाँ स्थूल ते, तन ते खलोते हाँ स्थूल ते, ए दीवे जड़े ने जिन्हां नूं असी दिवाली आख रहे हैं, तन दे सामने रोशनी कर सकते ने, मन दे सामने नहीं, ए अंदर दा अंधेरा दूर बिल्कुल नहीं करनगे, ए केवल बाहर दा अंधेरा दूर करनगे। ते जिन्नी देर असी तन तो मन वल नहीं वधदे, मन तक नहीं पहुंचदे, उन्नी देर घर नाल संबंध नहीं जुड़दा। गुरु ने आपां मगर दा महीने दी आपां व्याख्या कई वारी करदे आं, ते मैं एक बार अर्ज कीती सी उनकी उचारण वेखियो, मगर नहीं, असी मगर आखने, श्री गुरु ग्रंथ साहिब अंदर मगर लफज नहीं, उत्थे उपर बिंदी है, बिंदी इनिशियल नन्ने का काम देती है, लफज ने मंगर माहे सुहंदिया, मन रूपी घर विच ओ आत्मा सुहंदिया ने जेड़िया रब नाल जुड़ बैठिया ने, मन घर माहे सुहंदिया हर पीर संग बैठड़िया, जड़ा मन दे घर विच नहीं पहुंचया ओ तां तन ते खलोता है, तन स्थूल है, असी जीवन दा सारा दारो मदार स्थूल ते खड़ा कर लिया, ते जिन्नी देर सूक्ष्म वल नहीं वधदे उन्नी देर साडी दिवाली नहीं बनदी। इस बारली दिवाली ने साडा अंदर रोशन नहीं करना, ते गुरु दा ज्ञान एक ऐसा दीपक है जेड़ा अंदर रोशन आ जांदा है, ते जिस दिन अंदर चानन हुंदा है उस दिन रब मिलदा है। गुरु ने एहो गल बाणी विच आखी, कह लगे कल का लेख अंधियारिया, ज्ञान दीपक उजियारिया, गुर ज्ञान दीपक उजियारिया, बिख बिखिया पसरी अत घनी, देख हर पासे जहर फैल रही है, पर जहर नू त्याग के अमृत नाल जुड़न वास्ते भी ज्ञान चाहिदा। जे ज्ञान दी रोशनी ना होवे तां बिख नू छड़ के अमृत नाल जुड़ना भी मुश्किल हो जाता है, बल्कि गुरु नू ए गल कहनी पैंदी है कि अमृत छोड़ काहे बिख खाए, मनुख अमृत नू त्याग रहा है, जहर नू ग्रहण कर रहा, क्यों कर रहा है, हालांकि हर एक नू पता है जहर मौत दिंदी है जीवन नहीं दिंदी, पता है, पर जे फिर भी ग्रहण कर रहा है तो उनका मकसद यह है, कारण यह है क्योंकि मनुख अमृत ते बिख दी पछाण नहीं कर सकिया, बिख बिखिया पसरी अत घनी, जप जप हर गुणी, उबरे जप जप हर गुणी, उबरे जप जप हर गुणी, गुर ज्ञान मज्जन गुर ज्ञान दीपक उजियारिया।
तो मन है राजा जेड़ा कर्मां दे बंधन विच पिया होया है, कर्म कांड दे परमां वहमां दे बंधन विच पिया होया है। ते जदों ये गुरु दा पल्ला फड़दा है तां गुरु है बंधन मुक्त संताओ, गुरु है बंदी छोड़ गई बहोड़ बंदी छोड़, गुरु है जिंदे संबंध विच ए फैसला है, काटी बेड़ी पगों ते गुरकीनी बंद खलास, सथूल ही दिन ना मनाउंदे चले जाओ। आओ मन राजे नूं गुरु हरगोबिंद पातशाह जी दी बख्शिश दे पल्ले नाल जोड़िए तां कि वो बंदी छोड़ गुरु जिहड़ा है वो बंदी छुड़ा लवे, उस माया दे बंधना तो मुक्त कर देवे, अंदर होवे ज्ञान दा चानन दीपक बल पवे ते ए दिवाली बन जाए जीवन, बार नहीं जीवन दिवाली बन जाए। इन्हां शब्दां नाल खिमा दा जाचे खां, फतेह बुलाओ, वाहिगुरु जी का खालसा वाहिगुरु जी।